ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਆਪ ਲੋਗ ਉਮੀਦ ਹੈ ਸਭ ਲੋਗ ਖੈਰ ਖਰੀਅਤ ਨਾਲ ਹੋਣਗੇ ਤੇ ਮਾਸ਼ਾ ਅੱਲਾਹ ਜੀ ਅੱਜ ਦਾ ਵਲੌਗ ਬਹੁਤ ਹੀ ਜ਼ਬਰਦਸਤ ਹੈ ਕਿਉਂਕਿ ਅੱਜ ਅਸੀਂ ਜਾ ਰਹੇ ਹਾਂ ਸ਼ਾਪਿੰਗ ਕਰਨ ਵਾਸਤੇ ਮੈਂ ਕਿਹਾ ਸਾਰੇ ਲੋਕਾਂ ਨੇ ਕਰਕੇ ਲੈਣ ਦੀ ਅਸੀਂ ਕਿਉਂ ਪਿੱਛੇ ਰਹਿ ਗਏ ਇਹ ਨਾ ਹੋਵੇ ਕਿ ਤੇ ਬਾਜ਼ਾਰੂ ਚੀਜ਼ਾਂ ਹੀ ਖਤਮ ਹੋ ਜਾਣਾ ਤੇ ਅਸੀਂ ਵੀ ਬਾਜ਼ਾਰ ਨੂੰ ਫਟਾਫਟ ਲੁੱਟ ਕੇ ਲੈ ਆਈਏ ਤੇ ਇਹ ਵੇਖੋ ਜੀ ਮਿਸ਼ਲ ਜਿਹੜੀ ਉਹ ਮੇਰੇ ਨਾਲ ਤਿਆਰ ਹੋ ਕੇ ਬੈਠ ਗਈ ਹੈ ਕਿ ਮਾਮਾ ਮੈਂ ਵੀ ਨਾਲ ਜਾਣਾ ਹੈ ਇਹ ਆਂਦੇ ਨੇ ਜਿਵੇਂ ਚੋਰ ਨਾਲੋਂ ਪੰਡ ਕਾਲੀ ਉਹਨੂੰ ਮੈਂ ਘਰ ਛੱਡ ਕੇ ਜਾਣਾ ਤੇ ਉਹ ਮੇਤੂੰ ਵੀ ਪਹਿਲਾਂ ਤਿਆਰ ਹੋ ਕੇ ਉਨੇ ਜਦੋਂ ਮੇਰਾ ਬੱਸ ਗਾਉਣ ਵੇਖ ਲੈਂਦੀ ਐ ਨਾ ਕਿ ਮਾਮਾ ਨੇ ਕੱਢ ਕੇ ਬਾਹਰ ਰੱਖ ਲਿਆ ਤੇ ਉਹ ਫਿਰ ਉਦੋਂ ਹੀ ਕਹਿਣਾ ਪੈਨੀ ਕਿ ਮਾਮਾ ਮੈਂ ਵੀ ਨਾਲ ਜਾਣਾ ਹੈ ਹਾਲਾਂਕਿ ਮਹਿਕ ਤੇ ਮਿਰਬ ਜਿਹੜੀਆਂ ਐ ਨਾ ਬਾਕੀ ਸਾਰੇ ਬੱਚੇ ਜਿਹੜੇ ਮਦਸੇ ਗਏ ਨੇ ਤੇ ਉਹਨਾਂ ਨੂੰ ਮੈਂ ਨਸੀ ਦੱਸਿਆ ਮੈਂ ਕਿ ਉਹਨਾਂ ਨੇ ਵੀ ਮੇਰੇ ਪਿੱਛੇ ਪੈਣਾ ਤੇ ਹੁਣ ਮੈਂ ਇੱਥੋਂ ਜਾਣਾ ਪਹਿਲਾਂ ਅੰਮੀ ਘਰ ਤੇ ਉਥੋਂ ਫਿਰ ਅੰਮੀ ਨੂੰ ਜਾਂ ਛੋਟੀ ਸਿਸਟਰ ਨੂੰ ਫਿਰ ਇਹਨੀਆਂ ਕੌਣ ਕੌਣ ਨਾਲ ਜਾਂਦਾ ਸਾਰੇ ਹੁਣ ਉਧਰ ਜਾ ਕੇ ਫੈਸਲਾ ਕਰਨੇ ਆ ਤੇ ਅੱਜ ਜੀ ਫਿਰ ਅਸੀਂ ਆ ਗਏ ਸਾਂ ਇਧਰ ਅੰਮੀ ਘਰ ਤੇ ਇੱਥੋਂ ਨਾਲ ਮੇਰੇ ਬੀਬੀਆਂ ਤਿਆਰ ਹੋ ਕੇ ਬੈਗੀਆਂ ਨੇ ਕਈ ਨਾਲ ਮਹਿਕ ਤੇ ਨਾਲ ਤੇ ਮੀਰਬ ਨੇ ਫਿਰ ਇੰਨਾ ਰੋਣਾ ਪਾਇਆ ਇੰਨਾ ਪਾਇਆ ਕਹਿਣ ਲੱਗੀ ਕਿ ਮੈਂ ਵੀ ਅੱਜ ਨਾਲ ਹੀ ਜਾਣਾ ਹੈ ਤੇ ਫਿਰ ਉਹਦੇ ਨਾਨਾ-ਆਬੂ ਨੇ ਅੱਜ ਬਈ ਉਹਦੀ ਤਿਆਰੀ ਕਰ ਦਿੱਤੀ ਹੈ ਉਹਨਾਂ ਆਖਿਆ ਮੇਰੀ ਧੀ ਨੂੰ ਨਾਲ ਲੈ ਕੇ ਤੂੰ ਜਾਣਾ ਹੈ ਔਰ ਇਹਨੂੰ ਸੋਨਾ ਜਿਹਾ ਸੂਟ ਲੈ ਕੇ ਦੇਣਾ ਤੇ ਨਾਨਾ-ਆਬੂ ਦੀ ਫਰਮਾਇਸ਼ ਤੇ ਨਾਲ ਜਾ ਰਹੀ ਐ ਨਹੀਂ ਤੇ ਮੈਂ ਅੱਜ ਤੱਕ ਕਿਸੇ ਬੱਚੇ ਨੂੰ ਵੀ ਨਾ ਬਾਜ਼ਾਰ ਨਹੀਂ ਲੈ ਕੇ ਗਈ ਕਿਉਂਕਿ ਮੈਨੂੰ ਬੱਚੇ ਨਾਲ ਸ਼ਾਪਿੰਗ ਕਰਨ ਦਾ ਕੋਈ ਮਜ਼ਾ ਨਹੀਂ ਆਉਂਦਾ ਫਿਰ ਉੱਥੇ ਬੰਦਾ ਉਹੀ ਹਿਸਾਬ ਬਣ ਜਾਂਦਾ ਇੱਕ ਬੱਚੇ ਸੰਭਾਲੇ ਜਾਂ ਫਿਰ ਜਿਹੜਾ ਨਾ ਸ਼ਾਪਿੰਗ ਕਰੇ ਤੇ ਫਿਰ ਬੱਚਿਆਂ 'ਨਾਲ ਹੀ ਧਿਆਨ ਰਹਿੰਦਾ ਹੈ ਇਹਨਾਂ ਨੂੰ ਕਿਹੜੀ ਚੀਜ਼ ਦੀ ਕਦੀ ਪਿਆਸ ਲੱਗ ਜੰਨੀ ਕਦੀ ਥੱਕ ਜਾਂਦੇ ਨੇ ਗਰਮੀ ਬਹੁਤ ਜ਼ਿਆਦਾ ਸੀ ਵਖਾ ਕਿਵੇਂ ਕੜਾਕੇ ਦੀ ਧੁੱਪ ਲੱਗੀ ਏ ਤੇ ਤੁਸੀਂ ਜਿਹੜਾ ਨਾ ਅੱਜ ਦੀ ਵੀਡੀਓ ਪਲੀਜ਼ ਪੂਰੀ ਵੇਖ ਲਿਓ ਨਾਰੇ ਅਸੀਂ ਵੀ ਸ਼ੋਪਿੰਗ ਕਰਾਂਗੇ ਤੇ ਤੁਹਾਨੂੰ ਵੀ ਆਪਣੇ ਸ਼ਹਿਰ ਦਾ ਵਿਜ਼ਿਟ ਕਰਾਵਾਂਗੇ ਤੇ ਆ ਵੇਖੋ ਕਿੰਨੀ ਧੁੱਪ ਲੱਗੀ ਏ ਤੇ ਗਰਮੀ ਦੇ ਵਿੱਚ ਵੈਸੇ ਹੀ ਜਾਂਦੇ ਦਿਲ ਨਹੀਂ ਸੀ ਕਰਨ ਦੇ ਬਸ ਮਜਬੂਰੀ ਹੈ ਹੁਣ ਮੈਂ ਕਿਹਾ ਬੱਚਾ ਨੂੰ ਕੱਪੜੇ ਛਪੜੇ ਲਿਆ ਦੇ ਗਏ ਤੇ ਆ ਵੇਖੋ ਜੀ ਅਸੀਂ ਹੁਣ ਪਸੰਦ ਕਰਨ ਦੇ ਆ ਵੇਖਣ ਦੇ ਆ ਤੇ ਬੱਚਿਆਂ ਦੀਆਂ ਚੀਜ਼ਾਂ ਅੱਜ ਕੱਲ੍ਹ ਲੈਣੀਆਂ ਨਾ ਬਹੁਤ ਹੀ ਮੁਸ਼ਕਲ ਹੋ ਗਈਆਂ ਨੇ ਔਰ ਕੋਈ ਚ ਪਹਿਲਾਂ ਤੇ ਮਾਵਾਂ ਦੀ ਪਸੰਦ ਦੇ ਪਾਉਂਦੇ ਸਨ ਤੇ ਉਦੋਂ ਤੇ ਫਿਰ ਵੀ ਚਲੋ ਬੰਦਾ ਘਰ ਚੁੱਪ ਕਰਕੇ ਲੈ ਆਂਦਾ ਸੀ ਘਰ ਆਈ ਚੀਜ਼ ਬੱਚੇ ਪਸੰਦ ਕਰ ਲੈਂਦੇ ਸਨ ਲੇਕਿਨ ਹੁਣ ਆਂਦੇ ਨੇ ਅਸੀਂ ਨਾਲ ਹੀ ਜਾਣਾ ਤੇ ਆ ਫਿਰ ਮਹਿਕ ਦਾ ਕੁਝ ਲਿਆ ਸੀ ਇਥੋਂ ਉਹਦੀ ਸ਼ਰਟ ਵੀ ਲਈ ਹੈ ਨਾਲ ਮੀਰਬ ਦਾ ਸੂਟ ਲਿਆ ਹੈ ਫਿਰ ਕੁਛ ਨਹੀਂ ਚਪਲਾਂ ਲੈਣੀਆਂ ਸਨ ਉਹ ਪਸੰਦ ਕੀਤੀਆਂ ਨੇ ਤੇ ਬਸ ਜਦੋਂ ਫਿਰ ਬੰਦਾ ਬਾਜ਼ਾਰ ਜਾਂਦਾ ਹੈ ਨਾ ਫਿਰ ਕਈ ਚੀਜ਼ਾਂ ਜਿਹੜੀਆਂ ਨੇ ਨਜ਼ਰ ਆ ਜਾਂਦੀਆਂ ਨੇ ਮੈਂ ਕਿਹਾ ਚਲੋ ਮੇਰੇ ਨਾਲ ਤੇ ਆਈਆਂ ਨੇ ਤੇ ਇਹਨਾਂ ਦੀਆਂ ਨਾ ਕੁਝ ਮੈਂ ਚਪਲਾਂ ਵੀ ਲੈ ਲੈਣੀ ਆ ਤੇ ਉਸ ਤੋਂ ਬਾਅਦ ਫਿਰ ਚੂੜੀਆਂ ਲਈਆਂ ਨੇ ਬਸ ਜਦੋਂ ਬੇਟੀਆਂ ਦੀਆਂ ਚੀਜ਼ਾਂ ਸ਼ੁਰੂ ਕਰ ਲਉਣਾ ਤੇ ਬੇਟੇ ਚੰਗੇ ਆ ਨਾ ਇੱਕ ਇੱਕ ਉਹਨਾਂ ਦਾ ਸੂਟ ਲੈ ਲਓ ਤੇ ਕੋਈ ਉਹਨੇ ਹਜਾ ਫਨੇ ਚਸ਼ਮਾ ਲਿਆ ਤੇ ਨਾਲ ਕੜੀ ਲੈ ਲਈਏ ਦੋ ਤਿੰਨ ਚੀਜ਼ਾਂ ਬਸ ਬੱਚਾ ਨੂੰ ਸ਼ੌਕ ਹੁੰਦਾ ਹੈ ਤੇ ਜ਼ਿਆਦਾਤਰ ਇਹਨਾਂ ਨੂੰ ਫਿਰ ਇਹ ਹੁੰਦਾ ਹੈ ਕਿ ਸ਼ਾਪਿੰਗ ਅਸੀਂ ਭਾਵੇਂ ਥੋੜੀ ਕਰੀਏ ਲੇਕਿਨ ਅਸੀਂ ਖਾ ਪੀ ਕੇ ਓਥੋਂ ਜ਼ਿਆਦਾ ਚੀਜ਼ਾਂ ਆਈਦਾ ਹੈ ਇਹਨਾਂ ਨੂੰ ਜਾਂਦੇ ਆ ਸਾਰੀ ਨਾਨਾ ਨੂੰ ਭੁੱਖ ਲੱਗੀ ਹੈ ਕੋਈ ਚੀਜ਼ ਖਾ ਲੇ ਤੇ ਉਹ ਫਿਰ ਨਾਨਾ ਨੇ ਫਿਰ ਜੀ ਸਾਨੂੰ ਦਹੀਂ ਪਕੌੜੀਆਂ ਤੇ ਫਰੂਟ ਚਾਟ ਜਿਹੜਾ ਨਾ ਸਾਡਾ ਇੱਥੇ ਦਾ ਬਹੁਤ ਹੀ ਮਸ਼ਹੂਰ ਹੈ ਔਰ ਬੜਾ ਮਜ਼ੇ ਵਾਲਾ ਹੈ ਤੇ ਇਹ ਫਿਰ ਅਸੀਂ ਜਦੋਂ ਵੀ ਜਾਈਏ ਨਾ ਭਾਵੇਂ ਇੱਕ ਵੀ ਚੀਜ਼ ਲੈਣੀ ਹੋਵੇ ਤੇ ਅਸੀਂ ਤਿਆ ਫਿਰ ਉਸ ਤੋਂ ਬਾਅਦ ਘਰ ਆ ਗਏ ਆ ਔਰ ਅੱਜ ਸ਼ਾਪਿੰਗ ਕਰਦੇ ਆ ਇੰਨੀ ਗਰਮੀ ਲੱਗੀ ਐ ਇੰਨੀ ਗਰਮੀ ਲੱਗੀ ਐ ਕਿ ਸਾਡਾ ਜਿਹੜਾ ਨਾ ਬਹੁਤ ਹੀ ਬੁਰਾ ਹਾਲ ਹੋ ਗਿਆ ਔਰ ਮੀਰਾ ਬਨੇਵੀ ਆ ਕੇ ਜਿਹੜਾ ਨਾ ਇੰਨੀ ਉਹਨੇ ਮੇਰੇ ਕੋਲ ਡਾਂਟ ਇਸ ਚੀਜ਼ ਦੀ ਖਾਧੀ ਹਾਲਾਂਕਿ ਇਹਨੂੰ ਮੈਂ ਲੈ ਕੇ ਜੋ ਨਸੇ ਜਾਣ ਲਈ ਫਿਰ ਇਹਦੇ ਨਾ ਅੰਦੀ ਸੀ ਕਿ ਹੁਣ ਮੇਰੀ ਮੈਨੂੰ ਬਹੁਤ ਥਕਾਵਟ ਹੋ ਗਈ ਐ ਮੈਂ ਸਬਕ ਵੀ ਯਾਦ ਕਰਨਾ ਸੀ ਜਿਸਮ ਚ ਵੀ ਦਰਦ ਦੇ ਰਹੇ ਹੁੰਦਿਆ ਸੀ ਥੱਕ ਗਈ ਸੀ ਤੇ ਮੈਂ ਕਿਹਾ ਤੈਨੂੰ ਕਿਹੜੀ ਮੁਸੀਬਤ ਪਈ ਸੀ ਚਲੋ ਓਹੀ ਮੈਂ ਲੈ ਆਉਂਦੀ ਘਰ ਤੇ ਫਿਰ ਮੈਂ ਆਣ ਕੇ ਤੈਨੂੰ ਦੇ ਦੇਣ ਦੀ ਤੇਰੇ ਮੇਂ ਚੀਜ਼ਾਂ ਲੈ ਹੀ ਹੋਣੀਆਂ ਜੋ ਫਿਰ ਆਣ ਕੇ ਤੇ ਆ ਫਿਰ ਜੀ ਅੰਬ ਕਟਣਦੇ ਆ ਫ੍ਰਿਜ ਚ ਠੰਡੇ ਨਜ਼ਰ ਆਏ ਸਨ ਫਿਰ ਦਿਲ ਕਾ ਦਸੀ ਕੋਈ ਠੰਡੀ ਚੀਜ਼ ਖਾਈਏ ਤੇ ਫਿਰ ਜ਼ਾਰੇ ਜਿੰਨਾ ਵੀ ਬੰਦਾ ਥਕਿਆ ਹੋਵੇ ਆਣ ਕੇ ਫਿਰ ਘਰ ਦੇ ਕੰਮ ਤੇ ਕਰਨੀ ਹੁੰਦੇ ਨੇ ਤੇ ਉਹ ਫਿਰ ਮੈਂ ਸਾਲਨ ਬਣਾਣ ਡਈ ਸਾਂ ਚਿਕਨ ਮੰਗਾਇਆ ਸੀ ਮੈਂ ਕਿਹਾ ਚਲੋ ਇਹ ਬਣਾ ਲੈਨੇ ਆ ਸ਼ੋਰਬੇ ਵਾਲੀ ਚੀਜ਼ ਫਿਰ ਇਹਨਾਂ ਦੇ ਨਾਲ ਦਾਦਾ ਬੂ ਜਰਾ ਜ਼ਿਆਦਾ ਸ਼ੌਕਨਾ ਖਾਂਦੇ ਨੇ ਤੇ ਉਹ ਫਿਰ ਮੈਂ ਕਿਹਾ ਚਲੋ ਇਹ ਵੀ ਬਣਾ ਲੈਨੇ ਆ ਤੇ ਅੱਜ ਮੇਰੇ ਨਾਲ ਸਿਰ ਨੂੰ ਵੀ ਦਰਦ ਇੰਨੀ ਹੋਈ ਹੈ ਪਤਾ ਨਹੀਂ ਜਿਸਦੂ ਵੀ ਮੈਂ ਨਾ ਕਿਤੇ ਬਾਜ਼ਾਰ ਜਾਵਾਂ ਨਾ ਤੇ ਮੇਰੇ ਇਸ ਤਰ੍ਹਾਂ ਹੀ ਸਿਰ ਨੂੰ ਗੁਬਾਰੀ ਜੀ ਛੜ ਜਾਂਦੀ ਹੈ ਗਰਮੀ ਦੀ ਤੇ ਉਹਦੇ ਨਾਲ ਫਿਰ ਰਾਤ ਸੌਣ ਤੱਕ ਮੇਰੇ ਨਾਲ ਸਿਰ ਨੂੰ ਬਹੁਤ ਹੀ ਦਰਦ ਰਹੀ ਹੈ ਫਿਰ ਮੈਂ ਸਗੋਂ ਪੈਨਹਡੋਲ ਦੀ ਗੋਲੀ ਵੀ ਖਾਧੀ ਮੈਂ ਕਿਹਾ ਚਲੋ ਕੋਈ ਥੋੜਾ ਜਿਹਾ ਫਰਕ ਪੈ ਜਾਏਗਾ ਲੇਕਿਨ ਬਹੁਤ ਜ਼ਿਆਦਾ ਗਰਮੀ ਸੀ ਇੰਨੀ ਹਬਸ ਫਿਰ ਜਿੱਥੇ ਪਤਾ ਜ਼ਿਆਦਾ ਰਾਸ਼ ਹੋਵੇ ਉੱਥੇ ਫਿਰ ਬਹੁਤ ਜ਼ਿਆਦਾ ਹੀ ਗਰਮੀ ਕੁਛ ਲੱਗਦੀ ਹੈ ਤੇ ਉਹ ਫਿਰ ਬਸ ਅੱਜ ਬਹੁਤ ਹੀ ਮਤਵਜੀ ਸੀ ਬੜਾ ਹੀ ਬੁਰਾ ਹਾਲ ਹੋਇਆ ਮੈਂ ਕਿਹਾ ਚਲੋ ਬੱਚੇ ਖੁਸ਼ ਹੋ ਜਾਣ ਸਾਡੀ ਖੈਰ ਹੈ ਆਪਣੀ ਫਿਰ ਅਸੀਂ ਕੁਛ ਜੜੀ ਹੈ ਨਾ ਉਹ ਸ਼ਾਪਿੰਗ ਕਰਾਂਗੇ ਇਹ ਤੋਂ ਬਾਅਦ ਤੇ ਜ਼ਿਆਦਾਤਰ ਮੈਂ ਜਿਹੜੀਆਂ ਨਾ ਕੁਛ ਬੱਚਿਆਂ ਦੀਆਂ ਚੀਜ਼ਾਂ ਲਈਆਂ ਨੇ ਕੁਛ ਅੰਮੀ ਕਹਿੰਨੇ ਤਕਰੀਬਨ ਸਾਡਾ ਜਿਹੜਾ ਨਾ ਸਾਰਾ ਦਿਨ ਹੀ ਉੱਥੇ ਲੱਗ ਗਿਆ ਤੇ ਬਸ ਉਹ ਜਦੋਂ ਫਿਰ ਬਹੁਤੀ ਵੀ ਬਾਹਰ ਮੈਂ ਜਦੋਂ ਵੀ ਅਕਸਰ ਬਾਜ਼ਾਰ ਜਾਨੀ ਨਾ ਆਣ ਕਮੀਨੂੰ ਬਹੁਤ ਹੀ ਜਿਹੜਾ ਨਾ ਥਕਾਵਟ ਹੋ ਜਾਂਦੀ ਹੈ ਰਾਤ ਤੱਕ ਐਸਾ ਰਹੇ ਬੇਹੋਸ਼ੀ ਨਾਲ ਜਿਹੜਾ ਨਾ ਸਾਰੇ ਸੁੱਤੇ ਰਹੇ ਨੇ ਮਹਿਕ ਮੀਰਾ ਵੀ ਬਹੁਤ ਥੱਕੀਆਂ ਸਨ ਇਹਨਾਂ ਨੇ ਹਲਾ ਕੇ ਆਪਣਾ ਸਬਕ ਵੀ ਯਾਦ ਕਰਨਾ ਸੀ ਫਿਰ ਸਵੇਰ ਹੋਣ ਦੀਆਂ ਫਿਰ ਗਈਆਂ ਮਦਰਸੇ ਕਿ ਅੱਜ ਭਾਵੇਂ ਸਾਨੂੰ ਸਬਕ ਨਾ ਆਵੇ ਤੇ ਲਿਖਨੇ ਮੈਂ ਆਖਿਆ ਚਲੋ ਅੱਲਾਹ ਕਰੇ ਉੱਥੇ ਜਾ ਕੇ ਥੋੜਾ ਜਿਹਾ ਤੁਹਾਨੂੰ ਟਾਈਮ ਮਿਲ ਜੇਗਾ ਨਾ ਜਦੋਂ ਤੇ ਫਿਰ ਉੱਥੇ ਜਾ ਕੇ ਯਾਦ ਕਰ ਲਿਓ ਤੇ ਆ ਜੀ ਸਾਡ ਫਿਰ ਉਸ ਤੋਂ ਬਾਅਦ ਜਿਹੜਾ ਨਾ ਮੈਂ ਆਟਾ ਗੁਨਿਆ ਤੇ ਫਿਰ ਮੈਂ ਕਿਹਾ ਉਹਨਾਂ ਬੱਚਿਆਂ ਨੂੰ ਰਾਤ ਦਾ ਖਾਣਾ ਵੀ ਦਈਏ ਗੈਸ ਵੀ ਸਾਡੀ ਕੁਛ ਜਿਹੜੀ ਨਾ ਲੇਟ ਹੀ ਹੁੰਦੀ ਹੈ 6 ਵਜੇ ਨਾਲੀ ਤੇ ਫਿਰ دیر ਨਾਲ ਹੀ ਆਣ ਕੇ ਤੇ ਫਿਰ ਮੈਂ ਸਾਰਾ ਕੁਝ ਇਹ ਇੱਕ ਕਰ ਲਿਆ ਸੀ ਫਿਰ ਮੈਂ ਕਿਹਾ ਉਹਨਾਂ ਬੱਚਿਆਂ ਨੂੰ ਤੇ ਖਾ ਕੁਛ ਨਾ ਕੁਛ ਤੇ ਖਵਾਣਾ ਹੀ ਹੈ ਨਾ ਭਾਵੇਂ ਮੈਂ ਜਿੰਨੀ ਵੀ ਥੱਕੀ ਹੋਵਾਂ ਤੇ ਫਿਰ ਮਸਾਲਾ ਵੀ ਪਾ ਦਿੱਤਾ ਸੀ ਸਾਰਾ ਕੁਝ ਮੈਂ ਕਿਹਾ ਚਲੋ ਹੁਣ ਵੇਖ ਲਈਏ ਜਿੰਨਾ ਕਿ ਸ਼ੋਰਬਾ ਰੱਖਣਾ ਹੈ ਇਹਨੂੰ ਉਤਾਰ ਕੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਰੋਟੀਆਂ ਬਣਾਉਣੀਆਂ ਤੇ ਇਹਦੋਂ ਵੀ ਮਾਸ਼ਾਅੱਲਾ ਥੋੜੇ ਦੇਣੇ ਹੀ ਰਹਿ ਗਏ ਸਨ ਤੇ ਇਹਨਾਂ ਨੇ ਮੇਰਾ ਜਿਹੜਾ ਨਾ ਜਿਵੇਂ ਆਂਦੇ ਜੀਣਾ ਹਰਾਮ ਕੀਤਾ ਸੀ ਖਮਾਮਾ ਸਾਨੂੰ ਜਲਦੀ ਜਿਹੜਾ ਨਾ ਸ਼ਾਪਿੰਗ ਕਰਵਾ ਦੋ ਯਕੀਨ ਮੰਨਣਾ ਮੈਂ ਸਿਰਫ ਐਸਨਾ ਗਰਮੀ ਦੀ ਵਜ੍ਹਾ ਤੋਂ ਨਸਾਂ ਜਾਣ ਦੇ ਮੇਰਾ ਦਿਲ ਹੀ ਨਹੀਂ ਸੀ ਕਰਨ ਦੇ ਆ ਨਾ ਬਾਹਰ ਜਾਣ ਤੇ ਤੇ ਕੁਛ ਫਿਰ ਮੇਰੀ ਅੰਮੀ ਦੀ ਤਬੀਅਤ ਨਹੀਂ ਸੀ ਠੀਕ ਉਹਨਾਂ ਦਾ ਪਿਆਰ ਵੀ ਅੱਲਾ ਦਾ ਸ਼ੁਕਰ ਹੈ ਕਿ ਹੁਣ ਕੁਛ ਬਿਹਤਰ ਹੋ ਗਿਆ ਥੋੜਾ ਥੋੜਾ ਚੱਲਣ ਦੇ ਕਾਬਲ ਹੋ ਗਏ ਨੇ ਤੇ ਕੱਲ ਸੋ ਇਨੀ ਥਕਾਵਟ ਉਹਨਾਂ ਨੇ ਵੀ ਹੋ ਗਈ ਮੈਂ ਕਿ ਹੁਣ ਰਾਤ ਸਾਰੀ ਜਿਹੜੀ ਨਾ ਇਹ ਨਾ ਹੋਵੇ ਤੁਹਾਡੇ ਪਿਆਰ ਨੂੰ ਕਿਤੇ ਦਰਦ ਹੁੰਦੀ ਰਵੇ ਤੇ ਉਹ ਜੀ ਸਾਲਣ ਵੀ ਬਣ ਗਿਆ ਹੁਣ ਮੈਂ ਪਕਾਣ ਲੱਗੀ ਆ ਰੋ ਤੇ ਮੀਰਵਾਨ ਕੇ ਮੇਰੇ ਨਾਲ ਕੁਛ ਜੜੀਆਂ ਨਾ ਮੇਰੀ ਹੱਲਪ ਕਰਵਾਂਦੀ ਰਹਿੰਦੀ ਹੈ ਤੇ ਅਸੀਂ ਮਾਮਾ ਚਲੋ ਤੁਸੀਂ ਵੀ ਥੱਕੇ ਹੋ ਮੈਂ ਵੀ ਕੁਛ ਚੀਜ਼ਾਂ ਤੁਹਾਨੂੰ ਕੜਕੁੜ ਕੇ ਦੇਣੀਆਂ ਫਰੇਚ ਉਹ ਆਟਾ ਵੀ ਨਾਲ ਸਾਲਾਂ ਨੂੰ ਉਤਾਰ ਕੇ ਹੁਣ ਚੁੱਲਾ ਚਲਾ ਕੇ ਤੇ ਪਕਾਣਿਆ ਰੋਟੀ ਅਗਰ ਅੱਜ ਦਾ ਮੇਰਾ ਵਲੌਗ ਤੁਹਾਨੂੰ ਅੱਛਾ ਲੱਗਾ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਮਿਲਾਂਗੇ ਅਗਲੀ ਵੀਡੀਓ ਚ ਅੱਲਾ ਹਫੀਜ਼